ਬੀਤੇ ਦਿਨੀ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਲਘੂ ਉਦਯੋਗ ਭਾਰਤੀ ਪੰਜਾਬ ਤੇ ਮਾਲਵਾ ਖੇਤਰ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਲਘੂ ਉਦਯੋਗ ਭਾਰਤੀ ਦੇ ਅਖਿਲ ਭਾਰਤੀ ਪ੍ਰਧਾਨ ਬਲਦੇਵ ਭਾਈ ਪ੍ਰਜਾਪਤੀ ਅਖਿਲ ਭਾਰਤੀ ਮਹਾ ਮੰਤਰੀ ਗਨਸ਼ਿਆਮ ਓਝਾ ਅਖਿਲ ਭਾਰਤੀ ਉਪ ਪ੍ਰਧਾਨ ਅਰਵਿੰਦ ਧੋਮਲ ਪੰਜਾਬ ਪ੍ਰਦੇਸ਼ ਮਹਾ ਮੰਤਰੀ ਵਿਸ਼ਾਲ ਦਾਦਾ ਪੰਜਾਬ ਮਹਿਲਾ ਪ੍ਰਦੇਸ਼ ਪ੍ਰਧਾਨ ਅਰਚਨਾ ਜੈਨ ਸਮੀਰ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ 100 ਤੋਂ ਜ਼ਿਆਦਾ ਉਦਮੀ ਹਾਜ਼ਰ ਸਨ ਪੰਜਾਬ ਪ੍ਰਦੇਸ਼ ਦੀ ਸਾਲ 2023-25 ਦੀ ਨਵੀਂ ਕਾਰਜਕਾਰੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਪੰਜਾਬ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਅਸ਼ੋਕ ਗੁਪਤਾ ਉਪ ਪ੍ਰਧਾਨ ਵਿਜੇ ਤਲਵਾਰ ਜਲੰਧਰ ਵਿਸ਼ਾਲ ਦਾਦਾ ਜਲੰਧਰ ਹਰੀਸ਼ ਗੁਪਤਾ ਜਲੰਧਰ ਜਨਰਲ ਸਕੱਤਰ ਪ੍ਰਦੀਪ ਮੰਗਿਆ ਡੇਰਾ ਬੱਸੀ ਖਜ਼ਾਨਚੀ ਵਿਕਰਾਂਤ ਸ਼ਰਮਾ ਜਲੰਧਰ ਸਹਿਯੁਕਤ ਖਜ਼ਾਨਚੀ ਵਿਵੇਕ ਰਾਠੌਰ ਜਲੰਧਰ ਅਤੇ ਪੰਜਾਬ ਮਹਿਲਾ ਪ੍ਰਧਾਨ ਅਰਚਨਾ ਜੈਨ ਹੁਸ਼ਿਆਰਪੁਰ ਜਨਰਲ ਸਕੱਤਰ ਸੀਮਾ ਤੁਮਲ ਜਲੰਧਰ ਉਪਰਧਾਨ ਆਸ਼ੂ ਧੀਰ ਜਲੰਧਰ ਨੂੰ ਦਿੱਤੇ ਗਏ ਜਲੰਧਰ ਤੋਂ ਵਿਕ੍ਰਮ ਕੁਮਾਰ ਦੀ ਰਿਪੋਰਟ